ਬਿਨਾਂ ਕਿਸੇ ਸਰਕਾਰੀ ਸਹਿਯੋਗ ਘਰ ਘਰ ਲੰਗਰ ਪਹੁੰਚਾ ਰਹੀ ਹੈ ਚੰਨ ਪ੍ਰਦੇਸ਼ੀ ਚੈਨਲ ਦੀ ਟੀਮ। ਚੰਨ ਪ੍ਰਦੇਸ਼ੀ ਚੈਨਲ ਦੀ ਟੀਮ ਵੱਲੋਂ ਬਿਨਾਂ ਪ੍ਰਸ਼ਾਸਨ ਦੇ ਸਹਿਯੋਗ ਸਿਰਫ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਲਗਾਤਾਰ 13ਵੇਂ ਦਿਨ ਲੋੜਵੰਦ ਲੋਕਾਂ ਤੱਕ ਕੜੀ ਚਾਵਲ, ਆਲੂ, ਸੋਇਆਬੀਨ ਦੀ ਸਬਜ਼ੀ ਅਤੇ ਤਵੇ ਦੀ ਰੋਟੀ 500 ਤੋਂ ਵੱਧ ਪੈਕਟ ਜ਼ਰੂਰਤਮੰਦਾਂ ਨੂੰ ਪਹੁੰਚਾਏ ਗਏ। ਚੈਨਲ ਦੇ ਮੁੱਖ ਸੰਪਾਦਕ ਚੰਦਰ ਨਾਗਪਾਲ ਨੇ ਪ੍ਰਸ਼ਾਸਨ ਨੂੰ ਲੰਗਰ ਸੇਵਾ ਕਰਨ ਵਾਲਿਆਂ ਨੂੰ ਰਾਸ਼ਨ ਸਮੱਗਰੀ ਅਤੇ ਹੋਰ ਸਹੂਲਤਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਬਿਨਾਂ ਪ੍ਰਸ਼ਾਸਨ ਦੇ ਸਹਿਯੋਗ ਲੰਗਰ ਸੇਵਾ ਨੂੰ ਲੰਬਾ ਸਮਾਂ ਚਲਾਉਣਾ ਸੰਭਵ ਨਹੀਂ। ਆਮ ਆਦਮੀ ਦੇ ਕੰਮਕਾਜ ਬੰਦ ਹੋਣ ਕਾਰਨ ਰਾਸ਼ਨ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਆਪਣੇ ਲੰਗਰ ਬੰਦ ਕਰ ਚੁੱਕੀਆਂ ਹਨ ਅਤੇ ਛੇਤੀ ਹੀ ਹੋਰ ਸੰਸਥਾਵਾਂ ਵੀ ਲੰਗਰ ਬੰਦ ਕਰਨ ਲਈ ਮਜਬੂਰ ਹੋ ਜਾਣਗੀਆਂ। ਅੱਜ ਦੇ ਲੰਗਰ ਲਈ ਸਮਾਜ ਸੇਵਕ ਰਵਿੰਦਰ ਪੁਰੀ, ਨਿਹੰਗ ਸਿੰਘ ਜਥੇਦਾਰ ਤਰਲੋਕ ਸਿੰਘ ਅਤੇ ਸਮਾਜ ਸੇਵਕ ਲਕਸ਼ਮਣ ਜਤੀ ਦਾ ਲੰਗਰ ਵਿੱਚ ਸਹਿਯੋਗ ਪਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਅੱਜ ਦੀ ਲੰਗਰ ਬਣਾਉਣ ਦੀ ਸੇਵਾ ਹਲਵਾਈ ਵੀਰਪਾਨ, ਪੂਨਮ ਨਾਗਪਾਲ, ਸੀਮਾ ਰਾਣੀ, ਲਾਲੀ, ਮਹਿੰਦਰ ਕੁਮਾਰ, ਆਕਾਸ਼ਦੀਪ ਨਾਗਪਾਲ ਅਤੇ ਮੁਹੱਲੇ ਦੀਆਂ ਹੋਰ ਸੰਗਤਾਂ ਦੁਆਰਾ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਪੂਰਵਕ ਕਰਵਾਈ ਗਈ। ਲੰਗਰ ਵੰਡਣ ਲਈ ਚੈਨਲ ਦੇ ਚੀਫ ਐਡੀਟਰ ਚੰਦਰ ਨਾਗਪਾਲ ਦੇ ਨਾਲ ਆਕਾਸ਼ਦੀਪ, ਸਮਾਜ ਸੇਵਕ ਹਰਮਨਦੀਪ, ਹਰਪ੍ਰੀਤ ਸਿੰਘ ਪਿੰਕੂ, ਹੇਮੰਤ ਪੁਰੀ ਅਤੇ ਦੀਪ ਵਾਲੀਆ ਦਲੀਚੀ ਮੁਹੱਲੇ ਵਾਲੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ। ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਰ ਨਾਗਪਾਲ ਦੀ ਵਿਸ਼ੇਸ਼ ਰਿਪੋਰਟ।